जिदी बरादरी दुनिया से होर कोई कर ही नहीं सकता अपने सारे पता पर वासा फिर एक होर अरदास मिलती है भी उस बंदे जो गुरु की बख्शिश प्राप्त हुई उदो अकाल पुरख परमेश्वर के उत्ते भरोसा बच जाता और फिर वो एक तुरना किसी होर के अगे नहीं परवाह नहीं करता किसी होर की बच्चे भी दुनिया में है वो नहीं किसी की भी परवाह करता और फिर गुरु का मिलाप की है मत के चान जरा महाराज ने आख्या प्रकाश हो जाता वो अर्थ है थोड़ा समा इस बदल की विचार करके ਵੱਡਿਆਂ ਭਾਗਾਂ ਵਾਲੇ ਲੋਕ ਨੇ ਜਿਹੜੇ ਗੁਰੂ ਕਾ ਦਰਸ਼ਨ ਕਰਦੇ ਆ ਮਨੇ ਭਇਆ ਪ੍ਰਗਾਸਾ ਮਤ ਵਿੱਚ ਪ੍ਰਕਾਸ਼ ਹੋ ਜਾਂਦਾ ਕੀ ਪ੍ਰਕਾਸ਼ ਹੋ ਜਾਂਦਾ ਇਤਿਹਾਸ ਵਿੱਚ ਆਉਂਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਸੰਸਾਰ ਦੀਆਂ ਉਦਾਸੀਆਂ ਕਰਦੇ ਸੀ ਜਾ ਕੇ ਸਤਨਾਮ ਦਾ ਹੋਕਾ ਦਿੰਦੇ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ 10 ਸਾਲ ਵੱਡੇ ਸੀ 1469 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ 1459 ਨੂੰ ਭਾਈ ਮਰਦਾਨੇ ਦਾ ਜਨਮ ਹੋਇਆ ਪੂਰੇ 10 ਸਾਲ ਉਮਰ ਵਿੱਚ ਵੱਡਾ ਸੀ ਮਹਾਰਾਜ ਤੋਂ ਜਦੋਂ ਅਰਬ ਦੇਸ਼ ਵਿੱਚ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਨਾਮ ਦੀ ਵਡਿਆਈ ਫੈਲਾ ਰਹੇ ਸਨ ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਭਾਈ ਮਰਦਾਨਾ ਜੀ ਦੇ ਸਵਾਸ ਪੂਰੇ ਹੋਏ ਤੇ ਭਾਈ ਮਰਦਾਨੇ ਦਾ ਸਸਕਾਰ ਕਰਕੇ ਤੇ ਮਹਾਰਾਜ ਕੁਝ ਦਿਨ ਉੱਥੇ ਰਹੇ ਤੇ ਉੱਥੋਂ ਸੁਨਾਹ ਘਲਾਇਆ ਪਿੰਡ ਤਲਵੰਡੀ ਮਰਦਾਨੇ ਦੇ ਬੱਚਿਆਂ ਨੂੰ ਵੀ ਤੁਹਾਡਾ ਬਾਪ ਚੜ੍ਹਾਈ ਕਰ ਗਿਆ ਸਸਕਾਰ ਅਸੀਂ ਉਹਨਾਂ ਦਾ ਕਰ ਦਿੱਤਾ ਵਾ ਮੁੜ ਕੇ ਕੀ ਪਤਾ ਤੁਹਾਨੂੰ ਦੱਸਣ ਆਇਆ ਜਾਵੇ ਕਿ ਨਾ ਵੀ ਕਿੱਥੇ ਸਸਕਾਰ ਕੀਤਾ ਤੇ ਤੁਸੀਂ ਆਓ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਆਹ ਉਹ ਜਗ੍ਹਾ ਜਿੱਥੇ ਤੁਹਾਡੇ ਪਿਤਾ ਨੇ ਸਵਾਸ ਪੂਰੇ ਕੀਤੇ ਅਤੇ ਜਿੱਥੇ ਅਸੀਂ ਉਹਨਾਂ ਦਾ ਸੰਸਕਾਰ ਕੀਤਾ ਮਹਾਰਾਜ ਮਰਦਾਨੇ ਨੂੰ ਵੀ ਪੁੱਛ ਲਿਆ ਸੀ ਇੱਕ ਵਾਰੀ ਮਰਦਾਨਿਆਂ ਸਵਾਸ ਪੂਰੇ ਹੋਣ ਤੋਂ ਪਹਿਲਾਂ ਮਰਦਾਨਿਆਂ ਤੂੰ ਬੜੀ ਸੇਵਾ ਕੀਤੀ ਆ ਜੇ ਕਹੇ ਜਿੱਥੇ ਤੇਰਾ ਸੰਸਕਾਰ ਕਰਨਾ ਉੱਥੇ ਤੇਰੀ ਜਗ੍ਹਾ ਬਣਾ ਦਈਏ ਲੋਕ ਤੈਨੂੰ ਮੱਥੇ ਟੇਕਿਆ ਕਰਨਗੇ ਉਹ ਪੂਰਾ ਗੁਰੂ ਕਾ ਸਿੱਖ ਸੀ ਤਾਂ ਮਹਾਰਾਜ ਨੇ ਉਹਨੂੰ ਆਪਣਾ ਭਾਈ ਲਿਖਿਆ ਹੋਇਆ ਵੀ ਇਹ ਮੇਰਾ ਭਰਾ ਵਾ ਭਾਈ ਮਰਦਾਨਾ ਮਹਾਰਾਜ ਕਹਿੰਦੇ ਤੇਰੀ ਜਗ੍ਹਾ ਬਣਾ ਦਈਏ ਲੋਕ ਤੇਰੀ ਪੂਜਾ ਕਰਿਆ ਕਰਨਗੇ ਮੱਥੇ ਟੇਕਿਆ ਕਰਨਗੇ ਅਤੇ ਉਹ ਫਿਰ ਉਸ ਗੁਰਮੁਖ ਨੇ ਆਖਿਆ ਬਾਬਾ ਤੇਰੀ ਸੰਗਤ ਕਰਕੇ ਤੇਰਾ ਨਾਮ ਜਪਣ ਕਰਕੇ ਤੇਰੇ ਦਰਸ਼ਨ ਕਰਕੇ ਇਸ ਦੇਹਰੇ ਵਿੱਚੋਂ ਤਾਂ ਮੈਂ ਨਿਕਲ ਕੇ ਤੇਰੇ ਚਰਨਾਂ 'ਚ ਚੱਲ ਚੱਲਿਆ ਅਤੇ ਉਹ ਜਿਹੜੀ ਤੂੰ ਮੇਰੀ ਜਗ੍ਹਾ ਬਣਾ ਦੇਣੀ ਆ ਜਦੋਂ ਉਹਦੇ ਵਿੱਚ ਲੋਕ ਮੱਥਾ ਟੇਕਣਗੇ ਉਹਦੇ ਵਿੱਚੋਂ ਮੁੜ ਕੇ ਮੈਨੂੰ ਕੌਣ ਕੱਢੂਗਾ ਵਾਹਿਗੁਰੂ ਕਿਉਂਕਿ ਜਿੱਥੇ ਕੋਈ ਸਥਾਪਨ ਕਰ ਦੇਵੇ ਕੱਲ੍ਹ ਪਰਸੋਂ ਜੇ ਵੀ ਵਿਚਾਰ ਹੋ ਰਹੀ ਸੀ ਅਸੀਂ ਪਿੰਡ ਆਪਣੇ ਪਰਿਵਾਰ ਵਿੱਚ ਹੀ ਜੀ ਬੈਠੇ ਹੋਏ ਸਾਂ ਵੀ ਕੋਈ ਗੱਲ ਹੋ ਰਹੀ ਸੀ ਆਹ ਜਿਹੜਾ ਲੋਕਾਂ ਨੇ ਪਖੰਡ ਬਣਾਇਆ ਬਾਹਰ ਮੈਂ ਰਾਤੀ ਵੀ ਉਹ ਵਿਚਾਰ ਕਰ ਰਿਹਾ ਸਾਂ ਕਿ ਨਾਮ ਦੀ ਗੱਲ ਕੋਈ ਨਹੀਂ ਰੱਬ ਦੇ ਗਿਆਨ ਦੀ ਗੱਲ ਕੋਈ ਨਹੀਂ ਆ ਜਾਓ ਵੀ ਤੁਹਾਡੀਆਂ ਭੂਤਾਂ ਚੜੇਲਾ ਲਾਉਣ ਲੱਗੇ ਹਾਂ ਆ ਜਾਓ ਵੀ ਇੰਨੇ ਤਾਂ ਭੂਤ ਹੀ ਨਹੀਂ ਕਿ ਜਿੰਨੇ ਤੁਹਾਨੂੰ ਚੰਬੜੇ ਹੋਏ ਆ ਅੰਦਰ ਵੜ ਵੜ ਕੇ ਟ੍ਰੇਨਿੰਗਾਂ ਦੇ ਕੇ ਵੀ ਅਸੀਂ ਹੱਥ ਕਰਾਂਗੇ ਤਾਂ ਤੁਸੀਂ ਡਿੱਗਦੇ ਜਾਇਓ ਇੱਧਰ ਨੂੰ ਹੱਥ ਕਰਾਂਗੇ ਤਾਂ ਉੱਡਦੇ ਜਾਇਓ ਆ ਮੈਨੂੰ ਇੱਕ ਅਜਨਾਲੇ ਦਾ ਵੀਰ ਦੱਸ ਰਿਹਾ ਸੀ ਸਾਡੇ ਇਲਾਕੇ ਦੇ ਵਿੱਚ ਇੱਕ ਬੰਦੇ ਨਾਲ 10,000 ਰੁਪਈਆ ਉਹਨਾਂ ਨੇ ਕਰ ਲਿਆ 10,000 ਰੁਪਈਆ ਕਰਕੇ ਅਤੇ
ਉਹਨੂੰ ਕਹਿੰਦੇ ਆ ਵੀ ਤੇਰੀ ਲੱਤ ਨੂੰ ਪਲਸਤਰ ਲਾ ਦੇਵਾਂਗੇ, ਥੋੜ੍ਹੇ ਦਿਨ ਮੰਜੀ 'ਤੇ ਪੈ ਰਹੀ, ਮੈਨੂੰ ਸੱਟ ਲੱਗ ਗਈ ਆ, ਮੁੜ ਕੇ ਤੇਰੇ ਘਰ ਆਵਾਂਗੇ, ਤੈਨੂੰ ਉੱਥੇ ਲੈ ਕੇ ਜਾਵਾਂਗੇ ਉੱਥੇ ਜਿੱਥੇ ਸਾਰੇ ਜਣੇ ਹੁੰਦੇ ਆ, ਅਤੇ ਤੇਰੀ ਦੁਆ ਕਰਾਂਗੇ ਅਤੇ ਤੂੰ ਰੌਲਾ ਪਾਉਣ ਲੱਗ ਪਈ ਵੀ ਮੈਂ ਤਾਂ ਠੀਕ ਹੋ ਗਿਆ, ਸਾਰਿਆਂ ਦੇ ਹੁੰਦਿਆਂ ਤੇਰਾ ਪਲਸਤਰ ਲਾ ਦੇਵਾਂਗੇ। 10,000 ਰੁਪਈਆ ਉਹਦੇ ਨਾਲ ਕਰ ਲਿਆ, ਉਹਨੇ ਇੱਦਾਂ ਹੀ ਕੀਤਾ, ਸੱਟ ਲੱਗ ਗਈ, ਸੱਟ ਲੱਗ ਗਈ, ਮੁੜ ਕੇ ਉਹ ਪਲਸਤਰ ਕਰਾ ਲਿਆਂਦਾ ਡਾਕਟਰ ਦੇ ਕੋਲੋਂ, ਲੰਮੇ ਪਿਆ ਰਿਹਾ ਆਲੇ ਦੁਆਲੇ ਵਾਲੇ ਜਾ ਕੇ ਇਹਨਾਂ ਨੂੰ ਲੈ ਸੱਦ ਕੇ ਵੀ ਬੰਦਾ ਮੰਜੀ 'ਤੇ ਪਿਆ ਜੀ, ਤੁਸੀਂ ਠਾਲ ਸਕਦੇ ਹੋ? ਕਹਿੰਦੇ ਅਸੀਂ ਠਾਲ ਸਕਦੇ ਹਾਂ, ਸਾਡੀ ਤਾਂ ਇੱਕ ਵਾਰੀ ਦੁਆ ਕਰਨ ਦੀ ਲੋੜ ਹੈ, ਅਸੀਂ ਬੰਦਾ ਠੀਕ ਕਰ ਦੇਣਾ ਉਸੇ ਵੇਲੇ। ਉਹਨੂੰ ਲੈ ਗਏ, ਉਹਨੂੰ ਖੜ ਕੇ ਅਤੇ ਮੁੜ ਕੇ ਉੱਥੇ ਜੋ ਕਰਨਾ ਸੀ ਉਹ ਕੀਤਾ, ਅਤੇ ਉਹ ਵੀ ਨੱਚਣ ਲੱਗ ਪਿਆ ਉਸੇ ਵੇਲੇ, ਮੈਂ ਠੀਕ ਹੋ ਗਿਆ, ਮੇਰਾ ਪਲਸਤਰ ਲਾ ਦਿਉ, ਉਸੇ ਉਹ ਰੌਲਾ ਪਾਉਣ ਲੱਗ ਪਿਆ। ਲਓ ਜੀ ਪਲਸਤਰ ਲੱਤ ਕੇ ਆਲੇ ਦੁਆਲੇ ਲਓ ਰੌਲੀ ਪੈ ਗਈ, ਵੀ ਹੱਥ ਫੇਰਨ ਦੇ ਨਾਲ ਹੀ ਬੰਦੇ ਦੀ ਲੱਤ ਠੀਕ ਹੋ ਗਈ ਹੈ। ਮੁੜ ਕੇ ਉਹਨੂੰ ਦਿੱਤਾ ਕਿਤੇ 4,000 ਰੁਪਈਆ, ਉਹ ਮੁੜ ਕੇ ਰੌਲਾ ਪਾਉਣ ਲੱਗ ਪਿਆ ਵੀ ਮੇਰੇ ਨਾਲ ਜਿਹੜਾ 10,000 ਕੀਤਾ ਸੀ, ਮੇਰਾ 6,000 ਰੱਖ ਗਏ ਆ, ਮੇਰੇ ਪੈਸੇ ਦਵਾਓ। ਜਿਨ੍ਹਾਂ ਨਾਲ ਗੱਲ ਕੀਤੀ ਸੀ ਉਹ ਆਖਣ ਉਹ ਅਗਲੇ ਦਿੰਦੇ ਨਹੀਂ, ਉਹ ਕਰਦਿਆਂ ਰੌਲਾ ਪੈ ਗਿਆ। ਆਹ ਤਾਂ ਗੱਲਾਂ ਨੇ, ਕਦੀ ਇੱਦਾਂ ਵੀ ਬੰਦਿਆਂ ਦਾ ਭਲਾ ਹੋਇਆ? ਹਾਂ, ਇਹ ਗੱਲ ਹੈ ਵਾ, ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ, ਜਿੱਥੇ ਕੋਈ ਬੰਦਗੀ ਕਰਨ ਵਾਲਾ ਪੁਰਖ ਬੈਠਾ ਹੋਇਆ ਨਾ, ਵੀ ਉਹ ਪਖੰਡ ਨਹੀਂ ਕਰਦਾ, ਨਾਮ ਜਪਦਾ ਵਾ ਅਤੇ ਜਪਾਉਂਦਾ ਵਾ, ਉਹਦੇ ਕੋਲ ਜ਼ਰੂਰ ਜਾਓ, ਕਿਉਂਕਿ ਨਾਮ ਤੋਂ ਟੁੱਟਣ ਕਰਕੇ ਬੰਦੇ ਨੂੰ ਦੁੱਖ ਲੱਗੇ ਨੇ, ਰੋਗ ਲੱਗੇ ਨੇ। ਨਾਮ ਜਿੱਥੇ ਜਪਿਆ ਜਾਂਦਾ, ਜਪਾਇਆ ਜਾਂਦਾ, ਉੱਥੇ ਬਹੁਤ ਭਲਾ ਨਾਮ ਨਹੀਂ ਕਰਨਾ, ਭਲਾ ਪਰਮੇਸ਼ਰ ਨੇ ਕਰਨਾ, ਹੋਰ ਕਿਸੇ ਨੇ ਭਲਾ ਨਹੀਂ ਕਰਨਾ। ਤਾਂ ਹੀ ਮਹਾਰਾਜ ਨੇ ਆਖਿਆ ਗੁਰਮੁਖਾਂ ਦੀ ਸੰਗਤ ਕਰੋ। ਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਆਉਂਦਾ, ਇੱਕ ਸਤਿਗੁਰੂ ਆ, ਅਤੇ ਜੇ ਕਿਤੇ ਤੁਸੀਂ ਦੂਰ ਨੇੜੇ ਵੱਸਦੇ ਜੇ, ਸਾਨੂੰ ਹੀ ਸੁੱਖ ਵਾ ਸਾਧ ਸੰਗਤ ਜੀ, ਦੌੜ ਕੇ ਗੁਰਦੁਆਰਾ ਸਾਹਿਬ ਆ ਜਾਈਦਾ। ਵਿਦੇਸ਼ਾਂ ਵਿੱਚ ਇਹੋ ਇਹੋ ਜਿਹੇ ਥਾਂ ਲੋਕ ਵੱਸਦੇ ਆ ਗੁਰੂ ਕੇ ਸਿੱਖ, ਜਿਨ੍ਹਾਂ ਨੂੰ 1,000-1,000 ਕਿਲੋਮੀਟਰ ਗੁਰਦੁਆਰਾ, ਹਫ਼ਤੇ ਬਾਅਦ ਕਿਤੇ ਟਾਈਮ ਲੱਗਦਾ, ਹਫ਼ਤੇ ਬਾਅਦ ਵੀ ਜੇ ਘਰ ਦਾ ਕੰਮ ਪੈ ਗਿਆ ਤਾਂ ਉੱਦਣ ਵੀ ਨਹੀਂ ਜਾਇਆ ਜਾਣਾ, ਕਿਤੇ ਮਹੀਨੇ ਬਾਅਦ ਗੁਰੂ ਕਾ ਦਰਸ਼ਨ ਹੁੰਦਾ ਉਹਨਾਂ ਨੂੰ। ਅਤੇ ਉੱਥੇ ਫਿਰ ਗੁਰੂ ਸਾਹਿਬ ਜੀ ਨੇ ਆਖਿਆ ਵਾ ਵੀ ਜੇ ਮੇਰਾ ਮਿਲਾਪ ਕਰਨਾ ਤਾਂ ਢੰਗ ਤਰੀਕਾ ਇਹ ਆ ਵੀ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਮਹਾਰਾਜ ਕਹਿੰਦੇ ਨੇ ਧਿਆਨ ਤੇਰਾ ਗੁਰੂ ਨਾਲ ਜੁੜਿਆ ਹੋਵੇ, ਅਤੇ ਜਿਹੜਾ ਕੋਈ ਗੁਰਮੁਖ ਰਹਿਤ ਵਾਲਾ ਵਾ ਨਾ, ਜਿਹੜਾ ਭਰਮ ਭੁਲੇਖੇ ਨਹੀਂ ਪਾਉਂਦਾ, ਉਹੋ ਜਿਹੇ ਗੁਰਮੁਖ ਦੇ ਨਾਲ ਸਾਂਝ ਬਣਾ, ਅਤੇ ਧਿਆਨ ਗੁਰੂ ਨਾਲ ਜੁੜਿਆ ਹੋਵੇ ਅਤੇ ਉਹਦਾ ਜਾ ਕੇ ਦਰਸ਼ਨ ਕਰੇਗਾ, ਅਤੇ ਮਹਾਰਾਜ ਕਹਿੰਦੇ ਨੇ ਗੁਰੂ ਕਾ ਦਰਸ਼ਨ ਹੀ ਆਏ। ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਪੁੱਛਿਆ ਸੀ, ਮਹਾਰਾਜ ਜੀ ਜਦੋਂ ਕਿਤੇ ਤੁਹਾਡਾ ਦਰਸ਼ਨ ਨਾ ਹੋਵੇ ਤਾਂ ਕੀ ਕਰੀਏ? ਮਹਾਰਾਜ ਨੇ ਆਖਿਆ ਰਹਿਤ ਬੈਤ ਵਾਲੇ 5 ਸਿੰਘਾਂ ਦਾ ਦਰਸ਼ਨ ਕਰ ਲਿਓ, ਅਤੇ ਮੇਰਾ ਹੀ ਦਰਸ਼ਨ ਹੈ। ਮਹਾਰਾਜ 5 ਨਾਮ ਮਿਲਣ 'ਤੇ ਉਹ 4, 3, 2 ਕਰਦਿਆਂ ਉਹਨਾਂ ਕਿਹਾ ਵੀ ਜੇ ਮਹਾਰਾਜ ਜੀ ਇੱਕ ਵੀ ਨਾ ਸਿੱਖ ਮਿਲੇ ਕਿਤੇ, ਕਈ ਸਮਾਂ ਹੀ ਇੱਦਾਂ ਦਾ ਹੋ ਜਾਂਦਾ। ਅਤੇ ਬਿਲਕੁਲ ਠੀਕ ਆ, ਜਿੰਨੀਆਂ ਮੌਜਾਂ ਸਾਨੂੰ ਆ, ਇੰਨੀਆਂ ਮੌਜਾਂ ਬਾਹਰ ਥੋੜ੍ਹੀਆਂ ਨੇ। ਆ ਅਰਬ ਦੇਸ਼ਾਂ ਦੇ ਵਿੱਚ ਨਹੀਂ ਲੱਭਦੇ ਕਈ ਕਈ ਸਿੱਖ, ਕੋਈ ਨਹੀਂ ਲੱਭਦਾ। ਜੇ ਕੋਈ ਲੱਭਦਾ ਵੀ ਆ ਤਾਂ ਉਹ ਭਾਵੇਂ ਸ਼ਰਾਬ ਸ਼ਰੂ ਪੀਣ ਵਾਲੇ ਬੰਦੇ ਤੁਰੇ ਫਿਰਦੇ ਹੋਣ, ਬਾਣੀ ਬਾਣੇ ਦੇ ਵਿੱਚ ਪੂਰਾ ਨਹੀਂ ਲੱਭਦਾ ਕਿਸੇ ਵੇਲੇ ਕੋਈ। ਮਹਾਰਾਜ ਨੂੰ ਜਦੋਂ ਆਖਿਆ ਵੀ ਜੇ ਇੱਦਾਂ ਦੀ ਕੋਈ ਬਣ ਜੇ ਅਵਸਥਾ ਵੀ ਇੱਕ ਵੀ ਨਾ ਲੱਭੇ ਤਾਂ ਫਿਰ ਕੀ ਕਰੀਏ? ਅਤੇ ਫਿਰ ਮਹਾਰਾਜ ਕਹਿੰਦੇ ਫਿਰ ਆਪ ਅੰਮ੍ਰਿਤ ਵੇਲੇ ਉੱਠੋ ਅਤੇ ਸਣੇ ਕੇਸੀ ਇਸ਼ਨਾਨ ਕਰਕੇ ਨਿਤਨੇਮ ਕਰਕੇ ਬਾਣਾ ਪਾਇਆ ਹੋਵੇ, ਸ਼ੀਸ਼ੇ ਅੱਗੇ ਖਲੋ ਕੇ ਆਪਣਾ ਦਰਸ਼ਨ ਕਰਿਓ, ਤੁਹਾਨੂੰ ਉਹਦੇ ਵਿੱਚੋਂ ਮੇਰਾ ਹੀ ਦਰਸ਼ਨ ਹੋਵੇ। ਵਾਹਿਗੁਰੂ ਸਤਿ ਸ੍ਰੀ ਅਕਾਲ। ਇਹ ਕੀ ਆ? ਮਹਾਰਾਜ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਧਿਆਨ ਗੁਰੂ ਵੱਲ ਰੱਖੀ। ਇਹ ਨਾ ਆਖੀ ਵੀ ਮੈਨੂੰ ਫਲਾਣੇ ਨੇ ਕੁਝ ਦੇਣਾ, ਫਲਾਣੇ ਨੇ ਕੁਝ ਦੇਣਾ, ਉਂਝ ਗੁਰਮੁਖਾਂ ਦੇ ਲਾਗੇ ਜ਼ਰੂਰ ਬਹਿ ਜਾ ਕੇ। ਹੁਣ ਇਹ ਕੋਈ ਗੱਲ ਨਾਮ ਦੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਤੇ ਐਵੇਂ ਪਖੰਡ ਸ਼ੁਰੂ ਹੋਇਆ ਪੰਜਾਬ ਦੇ ਵਿੱਚ, ਬੜੀ ਵੱਡੀ ਪੱਧਰ 'ਤੇ ਸ਼ੁਰੂ ਹੋਇਆ ਗਿਆ। ਮਹਾਰਾਜ ਕਹਿੰਦੇ ਨੇ ਦੁੱਖ ਤਾਂ ਹੈਗੇ ਆ, ਕਰਮਾਂ ਦਾ ਫਲ ਵਾ, ਇਹ ਭੁਗਤਾਉਣਾ ਹੀ ਪੈਣਾ ਵਾ। ਅਤੇ ਜੇ ਕਰਮਾਂ ਦੀ ਮਾਰ ਸਾਰੀ ਨਹੀਂ ਨਾ ਝੱਲਣੀ, ਕਰਮਾਂ ਦੀ ਮਾਰ ਝੱਲੀ ਨਹੀਂ ਜਾਂਦੀ, ਜੇ ਇਹਦੇ ਤੋਂ ਬਚਾ ਕਰਨਾ ਵਾ ਤਾਂ ਕੀ ਕਰੋ ਫਿਰ? ਮਹਾਰਾਜ ਕਹਿੰਦੇ ਫਿਰ ਸਤਿਗੁਰ ਪਿੱਛੇ ਭੱਜ ਪਵੋ, ਇਹ ਆ ਕਰਨੀ ਸਾਰ। ਸਭ ਤੋਂ ਕੰਮਾਂ 'ਚੋਂ ਸ੍ਰੇਸ਼ਟ ਕੰਮ ਇਹ ਆ ਵੀ ਦੌੜ ਕੇ ਫਿਰ ਗੁਰੂ ਘਰ ਵਿੱਚ ਆ ਜਾਓ, ਸੰਗਤ ਵਿੱਚ ਆ ਜਾਓ। ਮਹਾਰਾਜ ਕਹਿੰਦੇ ਫਿਰ ਪਤਾ ਕੀ ਆਊਗਾ? ਜਿਸ ਤੂਫਾਨ ਨੇ ਜਿਸ ਬੂਟੇ ਨੂੰ ਪੁੱਟ ਕੇ ਉਹਦੀਆਂ ਜੜ੍ਹਾਂ ਤਾਂ ਅਤੇ ਮੂੰਹ ਠਾਂ ਨੂੰ ਕਰ ਦੇਣਾ ਸੀ ਨਾ, ਜਿਹਨੇ
उस तूफान नाल एदा आऊगा भी बूटा हिलूगा तो जरूर, पर जड़ां नहीं पुटियां जाणगियां, जड़ां लग जाणगियां। झखड़ वा आउंदे ने तो लंघ जांदे हुंदे आ, सदा नहीं रहिंदे हुंदे। गुरु साहब सच्चे पातशाह जी अन्ने नूं डंगोरी फड़ा देणगे, भी जिस बंदे नूं देखदा ही कख नहीं ना, उहनूं सोटी फड़ा देणगे, उहनूं किसे दा हथ फड़ा देणगे भी लै हुण है ते तूं अन्ना ही आ, पर तैनूं मंजिल ते पहुँचा देंगे, राह विच नहीं किते वी रहिंदा। सतगुर गिरी बनवास जी कहिंदे ने आह ते होई गल, ते जे एवें ही रौला पाई जाओ एवें रौला पाई जाओ। मैं राती भी बेनती होई सी, चलो मैं नहीं उधर हुण जाणा, शब्द की विचार करिए, जे इन किसे दे विच ताकत हैगी आ ते सिविल हस्पताल गुरदासपुर चले जाण, उत्थे रोगियों नूं ठीक करन। उत्थे गरीब लोग इदां दे आ जिन्हां कोल एक्सरा कराउण लई पैसे आ नहीं, इन्हां दे ही लोग साडे कोल तीन चार दिन हो गए टैलीफोन करदिआं नूं, एक्सरा करा दो, कोई कहिंदा स्कैन करा दो, ਉਹ ਇੰਨੀ ਇਨਫੈਕਸ਼ਨ ਵੱਧ ਗਈ ਆ, ਦਵਾਈ ਲੈਣ ਨੂੰ ਪੈਸਾ ਹੈ ਨਹੀਂ ਅਤੇ ਕੋਈ ਡਾਕਟਰ ਦਵਾਈ ਨਹੀਂ ਦਿੰਦਾ ਮੁਫਤ। ਅਤੇ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਵੀ ਹੁਣ ਉਹਨਾਂ ਨੂੰ ਕਹੋ ਜਾ ਕੇ ਵੀ ਆਪਣੇ ਹੀ ਬੰਦੇ ਸਾਂਭ ਲਓ, ਬੜੇ ਆ ਸਾਡੇ ਘਰਾਂ 'ਚ, ਤੁਸੀਂ ਪਰਚੇ ਕੀ ਸੁੱਟਦੇ ਫਿਰਦੇ ਹੋ, ਆਪਣੇ ਘਰ ਹੀ ਸਾਂਭ ਲਓ ਅਤੇ ਇੰਨਾ ਹੀ ਬੜਾ ਹੈ। ਸਤਿਗੁਰ ਕਿਰਪਾ ਕਰਨ ਪਖੰਡ ਪੂਰਾ ਸਿਰ 'ਤੇ ਚੜ੍ਹ ਕੇ ਨੱਚਦਾ, ਅਤੇ ਜਿਹੜਾ ਬਿਵੇਕੀ ਹੋਏਗਾ ਉਹਨੂੰ ਪਤਾ ਹੋਊਗਾ ਵੀ ਸਭ ਸੁੱਖ ਦਾਤਾ ਰਾਮ ਹੈ, दूसर ना है ना कोई, परमात्मा तो बिना कोई किसी नूं नहीं जे कुछ भी दे सकदा, भावें होवे रुजगार, भावें बीमारी आ, भावें मुकदमेबाजी आ, कुछ भी आ, की आ उह साडे कीते होए कर्मां दा फल वा जिहड़ा साडी झोली विच पिया होया। जे उह फल कौड़ा वा जरीला वा, जे सारा नहीं ना खाधा जांदा, जे नहीं दुख झल्लिया जांदा, ते मारे कहिंदे फिर संगत विच आओ ते इत्थे आके की करो, वाहे गुरु 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 वाहे गुरु। साडे गुआंढी एक जवान लड़की, क्योंकि सब कुछ हैगा वा, मेरे सतगुरु जी कहिंदे ने कोट बिघन तिस लाग ते जिसनों विसरै नाउ। हुण मैं गल शुरू हो गई, इहनूं किसे पासे ला लईए, शब्द की भी विचार होएगी नाल ही। मारे कहिंदे ये नहीं कहा जा सकता भी भूत प्रेत है नहीं गे, ये नहीं कहा जा सकता भी किसे नूं नज़र नहीं लगती, जां सब कुछ हैगा, करोड़ां ही आ ये चीज़ां, पर उह किहनूं लगदियां ने? मारे कहिंदे कोट बिघन तिस लाग ते, करोड़ां मुश्किलां उस बंदे नूं पैंदियां ने, किहनूं? कोट बिघन तिस लाग ते जिसनों विसरै नाउ, परमात्मा का नाम जिन्हों भुल जाए उन्हों ये सब चीज़ा कट्ठिया होकर पै जाए। हूँ जवान लड़की उन्हों किसी ने कर दिता, वह कहिंदे साडे परिवार चो किसी ने किया, चलो ठीक है, बड़ी पढ़ी लिखी लड़की, वो विआह की उम्र सी, किसी ने कुछ करता, वह चीज़ा विचों बोलन लग पईआं, उहदा थोड़े दिनों नूं विआह सी, विचारी का रिश्ता टुट गया, जवान लड़की घर पई हुई है। असी उन्होंने आख्या भी संगत विच लै के चलो, गुरमुख दे कोल किसे कोल खड़ो, गुरमुखां नूं महाराज ने जुगतियां दित्तियां होईयां, पर करिए की, लोकी रहत तो डर जांदे आ भी रहत रखनी पऊगी, जवान न्याणा घर पिया होया वो रहत वाले पासे नहीं आउंदे। उन्हां नूं खड़िया किसे गुरमुख महापुरख दे कोल खड़िया, ते उह लड़की नूं फर्क पै गया, बिल्कुल उसे वेले ही फर्क पै गया, तो वह बिल्कुल अपनी उन्हें चुन्नी संभाल ली, जिहड़ी विचारी ने लीड़े कपड़े का सोध ही नहीं सी, सब पैरां ते हो गई, तो वह कहिंदी हुण मैं संगत विच जरूर जाना। तो जदों वह अपना शरीर संभालन लग पी तो उन्हां महापुरखां ने आख्या हुण इहनूं अमृत छका दिओ, तो आप भी छक लो, महाराज राखी करनगे। पता क्यों साध संगत जी? खाली पिया होवे, सखणा पिया होवे घर जिथे कोई नहीं रहिंदा, उत्थे इह चीज़ां दा वासा हो जाता वा, क्योंकि घर खाली पाए ने, जिहड़ा मर्जी आण के वड़दे उत्थे राखा कोई भी नहीं, ते जिन्हां दे घर दे वेहड़े विच एक ऐसा महाबली सूरमा बैठा होया जिहदे सिर ते दमाला सज्जा होया, दमाले दे उत्ते चक्कर ने, जिहदे मत्थे ते लखां सूरजां दा नूर आ, उहदे मत्थे ते कलगी लगी होई आ, कलगी विच हीरा वा, गल विच गात्रा, तीरां दा पत्था, मोढे ते तुनख, हथ ते बाज, जिन्हों भाई नंद लाल जी ने आख्या ईद दी मंजूर गुर गोबिंद सिंह, जुमला फैदे नूर गुर गोबिंद सिंह, हक हक आगाह गुर गोबिंद सिंह, शाहे शहन शाह गुर गोबिंद सिंह,
जिहदा अमृत तैयार कीता उहदे मुख विच पै गया, वह कलगी धर दा पहरा जिन्हां दे घर विच हो गया, उत्थे भूतां दा की काम आ? उत्थे ते आए ते शहीद महापुरख आउणगे, उत्थे ते आउणगे ते बंदगी वालियां रूहां आउणगियां ते सारे घर दे विच ठंड वरता देणगियां, ते जिन्हां दे घर सखणे ने बाणी तो बाणे तो उहनां दे घरां विच भूत ही आउणगे। जिथों मैं गल शुरू की सी भी घर दे कह रहे सी भी ये चीज़ां किदां आ जांदियां ने, मैं कहा यह सब कुछ हैगा वा, साडे घर विचार चल रही सी, सब कुछ हैगा वा। गुरु नूं याद करो, गुरु हाजिर हो जांदा है, गुरमुखां नूं याद करो, वह हाजिर हो जांदे आ, ते भूतां प्रेतां नूं याद करो ते वह बुरियां आत्मा हाजिर हो जांदियां ने। जिद्दां दे किसे दे करतब वह चीज़ां हाजिर हो जांदियां ने, इहदे विच कोई लुका नहीं, क्योंकि मेरे सतगुरु जी कहिंदे ने कई कोट भूत प्रेत सूकर मिरगास किदां को मुकरेगा। एक वीर कथा कर रहा सी, कथा कर रहा, तो कह रहा सी भूत भात कोई नहीं जे हुंदे, ये एवें बकार ही आ। बाद विच फिर उधर मेरी गल होई, मैं कहा बाणी पढ़ी भी आ कि एवें तुक्के लाई जांदे हो, लोकी तो घरां विच परेशान पए आ, जिन्हां दी परेशानी पई उन्हां नूं पुछो जाके भी भूत हुंदे आ कि नहीं हुंदे। पर क्यों ने? वो इस करके ने भी कोट बिघन तिस लागते जिसनों विसरै नाओ। गुरु भुल गया है, संगत भुल गई है, तो वह चीज़ा पै गई ने आण के। हुण फिर उन्हें की कीता भला? उन्हें महापुरखा ने आख्या भी एक ते तुहाडे करो बाणी नहीं बंद होनी चाहीदी, तो ये लड़की ठीक नहीं कि यह सुखमनी साहब करी जाए, होर ते ने कुछ करना नहीं, बाणी पढ़े सब को करे। और रैत तो डर गए बेचारे भी सानू अमृत छकना पऊ, शराब छड़नी पऊगी, शराब भी नहीं छड़ी तो रहत भी नहीं रखी, तो कुड़ी मंजी तो ना उठे, तो मुड़ के उन्हें संगत वाला पासा छड़ के, तो मैं सियाल च कोठे ते बैठा पढ़ रहा सी कुछ, तो मैनू उदों पता लगा जो उन्होंने घर एक पादरी आया। पादरी आया, उन्हें हाल चाल वेख लिया, उन्होंने बेचारे वसदी की है, वसदी नहीं कोई भी गल, वड्डी गल आ कोई। तो उन्हें की कीता, उन्हें चुप करके तो उन्होंने आख्या भी ये लागे हुण सुखमनी साहब के पाठ करो। जो उन्हें कहा साढ़े लागे होया कंध ना कंध सांझी, सुखमनी साहब के पाठ करो। वो सुखमनी साहब के ज्यों ज्यों पाठ किए, वो लड़की नूं फिर ठंड पैन लग पी, फिर ठीक हो गई। मुड़ के वह मंजी ते बह गई, उठ के तो पादरी कुर्सी ते बैठा, तो वह सुखमनी साहब के पाठ करता। तो मैं कहा वो जदों जांदा सी उहदे मगर चौलां दा तोड़ा लद्दिया हुंदा सी, आटे का तोड़ा लद्दिया हुंदा सी, उहनूं लीड़े कपड़े कई माया। मैं कहा वो इहो ही सुखमनी महापुरखां ने उदां ही आख्या सी, पढ़ो अमृत छक लो, तो उहो ही सुखमनी उह तुहाडे घरों चौलां दे तोड़े खड़ खड़ के पढ़ा रहा, तुहाडे कोल सीधी तरह नहीं पढ़ी गई। किसे दे पल्ले कख नहीं जे, जो कुछ देण वाला वा श्री गुरु ग्रंथ साहिब आ, सतगुर तों बिना किसे दे हत्थ विच कुछ भी नहीं हैगा। बस गल ये आ भई किसे ने सुख सांद नाल सीधा ही सतगुर की सरन आना कि सिर ते बाहां रख दे रोंदिया कलपदिया आना, ये लोगों के हत्थ विच गल है, होर किसे दे पले कख नहीं हैगा। ओ इत्थे मत्था टका, उत्थे मत्था टका। भाई मरदाने ने आख्या महाराज जी मैनू किते भी ना कलायो, मैनू अपने चरणा च थां दिओ, इस शरीर की देह विचों तो मैं निकल चलिया, जिहड़ी जगह च वाड़ दोगे उत्थों मैनू कौन कढूगा। लोकां एवें मत्थे टेकी जाने भी ये भाई मरदाने की जगह, हालांकि मैं जगह विच होना ही नहीं, मैं ते तेरे चरणा नाल मेरा प्यार सी, ते मेरी देह छुट गई तो मैं तेरे चरणा विच ही रहना। राज ना चाहूं मुक्त ना चाहूं, मन प्रीत चरण कमला रे। बचन होने लगा सी भी मत प्रकाश की मतलब है भला, भी गुर पूरा भेटियो वडभागी मने भया प्रकाशा। मन विच की प्रकाश हुंदा? मन विच प्रकाश हुंदा भी जिहदे उत्ते गुरु की कृपा हो जाए उहनू उह उत्तम मत मिल जांदी आ, ऐसी अकल सोझी मिल जांदी आ भी उह एक तो बिना बाकियां दी फिर परवाह नहीं करदा। उह एक तो बिना इंज जाणदा है कि जिवें एक धी डोली विच पै के गई सहुरे घर, जो बाणी विच प्रमाण दिता गया, तो मारे कहिंदे उत्थे जदों गई उहदे सस सहुरा भी आ, उहदे देर जेठ भी आ, उहदियां दराणियां जठाणियां भी आ, उहदे उहदा देरां जेठां दे चाचे ताए भी आ, सारा परिवार हुंदा भी आ ते हैगा है। पर मारे कहिंदे ने उस धी नूं घरों समझा के घल्लिया भी उंज तूं अदब सतकार सारिआं दा करी, सारिआं दा करी, पर जेहो जिहा तेरे मन विच अदब तेरे पति दा होना चाहिए ना, अपने पति वर्गा सत्कार अपने देरां जेठां दा ना करी,
देर जेठ अपने थां ते पति तेरा ओदे बराबरी कोई भी नहीं कर सकता। जिद्दां दा ओ अदब अपने पति दा कर दिया ओदां दा अदब जे देरां जेठां दा करे तो फिर दोवें पासे बदनामी होगी कि नहीं, सहुरे भी होगी पेके भी होगी। गरीबन वाजी ने उन्हूं कह दिता फिर खसम वसारे, खसम दे हुंदिया ही ओदां दा प्यार होर ना ना कर लग पी। तो फिर होया कि खसम वसारे ते कमजात, मारे कहिंदे उस वेले लोग उन्हूं कमजात आखन लग पैंदे। ते जेड़े बंदे गुरु दे हुंदिया सुनदिया गुरु दे घरों होका भी आ रहा भी आओ जो किसी नूं चाहिए लैके जाओ, तो गुरु के हुंदिया दूजे पासे फिर तुरे फिरदे महाराज ने उन्होंने कमजात आख्या। खसम वसारे ते कमजात, नानक नामै वाज सनात। सनात का भाव आ नीवी जात, आ दुनिया ने बनातियां सी आ निक्कियां जातां दे लोग आ वड्डियां जातां दे लोग। मेरे सतगुर ने आख्या नहीं नहीं, उंज निक्की जात वड्डी जात हैगी आ। केड़ी? नाम जपण वाला कोई भी होवे ओदी जात उच्ची आ, ते जिहड़ा नाम नहीं जपदा वह नीवी जात का बंदा नीच आ। वह भावें किसी के भी घर में जन्म लै ले। साहब गरीब नवाज पातशाह जी तो भाई मरदाने ने आख्या ये ना मैनू वाड़ियो, आख्या ठीक है। मरदाने का संस्कार कर दिता, तलवंडी सना कलाया तो मरदाने का पुत बदरा तुर पिया भी मैं अपने बापू का स्थान वेखना जिथे मेरे बाप का संस्कार होया। जो वह आए राह एक रियासत आई जी का नाम सी तलंबा, तो उन्हें नेरा पै गया। उन्हें किसी को पूछया बदरे ने भी मैं इत्थे रहना मैनू को रख लेगा, तो किसी ने आख्या हाँ रख लेगा इत्थे एक धर्मी बंदा वा उन्हें सराम बनाई हुई है आए गए नू उत्थे रखदा तो प्रशादा भी छकाउंदा तो मंजा बिस्तरा भी दिंदा। उन्हें कहा तो बड़ी वधिया गल आ, वह उत्थे चल गया। उन्होंने आओ जी कीता, जदों रात पई प्रशादा पानी छका के तो मरदाने का पुत बदरा जदों लम्मे पैण लगा तो बंदे आए तो ओदियां लत्तां वखरियां बन लिया तो बाहां वखरियां बन लिया, ओदे कपड़े भी ला ले, जो कुछ ओदे कोल हैगा सी वो सब कुछ खो खा लिया। तो उन्हूं जूड़ के ते एक कमरे च सुट दिता भई जदों मनेर सार होगी इनू मार के ते दूर कित सुट आवांगे। जदों ओदियां लत्तां बाहां बन के जूड़ दिता याद करदा सच्चे पातशाह हर जू राख ले हो पत मेरी, 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 हर जू राख ले पत मेरी। हे गुरु नानक साहब सच्चे पातशाह तेरे हुक्म नाल घरों तुरिया सां ते मैं ते राह च ही मर चलिया वा, मेरे प्यो दे ते संस्कार दे थां दा पता वा ते मेरा ते संस्कार भी नहीं होना किते, ना मार के की पता मैनू कित्थे सुट देना। फिर उस वेले तारां खड़कियां ते गुरु नानक देव जी महाराज नूं आउण लग्गिया कोई टाइम नहीं सी लगदा। आ कुछ कुछ लोग पढ़े लिखे साडे विच कहण लग पए ने पर पढ़िया पता किनू मन्या गया, मारे कहिंदे ने सो पढ़िया सो पंडित बीना जिस राम नाम और हार, जिन्हें नाम दा हार अपने गल विच पाया गुरु नानक साहब कहिंदे ओह पढ़िया वा, नहीं तो आ निरियां किताबां पढ़िया वालियां दे विच मक्का किदां घुम गया, बाबे दीप सिंह ने हाथ दी तली ते सिर किदां रख लिया, यह मुसलमान पैदा हो गए साडे विच। रहो विचार महाराज सच्चे पातशाह जी नूं आउण लग्गिया किन्ना टाइम लगदा सी, इन्ना ही टाइम लगता सी मरदानिया नेत्र बंद कर। हाँ जी महाराज जी कर लेने जिथे भी जाना होवे ते मारे कहिंदे बोलो सत करतार, सत करतार ही कहिंदे सी ते नेत्र खोलो ते महाराज नेत्र खोलदे सी, जिथे पहुँचना उत्थे पहुँचे हुंदे सी। आ जोगी सिद्ध किते मानदे सी जे किते इहो जिहियां गल्लां ना मारे काम करदे ते उह ते सुमेर पर्बत तों छड के ते उड गए हवा विच। जदों हार दे जापे भी बाबे अगे हार चले आ उड गए, मरदाना कहिंदा महाराज उह ते दौड़ भी गए आ, मारे कहिंदे ना दौड़ के जाना कित्थे आ। मरदानिया जिन्ना मर्जी बंदा तेज दौड़न वाला होवे ऐस आकाश तो बाहर नहीं निकल सकता, रहूगा आकाश दे थले, किते भी जावे आकाश दे थले रहेगा। मारे कहिंदे मैं ते आकाश हाँ, मेरे तो दौड़ के कोई ने कित्थे चले जाना है। तो फिर वह हवा च उड गए ते वह सलाह करदे यूपी आ गए गोरख मते, ला भी बाबे नूं नहीं पता ही कित्थे आए हैं,
ਅਤੇ ਬਾਰ ਬਾਰ ਆਪਣੇ ਸ਼ਹਿਰ ਦੇ ਆਪਣੇ ਮੱਠ ਜਿਹੜਾ ਡੇਰਾ ਸੀ ਬਾਰ ਬਾਰ ਉਤਰੇ, ਜਿੱਦਾਂ ਪੰਛੀ ਰੁੱਖਾਂ 'ਤੇ ਉਤਰਦੇ ਆ। ਜਦੋਂ ਤੁਰ ਕੇ ਚੱਲੇ ਤਾਂ ਉਹਨਾਂ ਤੋਂ ਪਹਿਲਾਂ ਹੀ ਉਹ ਬਾਬਾ ਉੱਥੇ ਚੌਂਕੜੀ ਮਾਰ ਕੇ ਬੈਠਾ। ਵਾਹਿਗੁਰੂ। ਉਹ ਕਿੱਦਾਂ ਪਹੁੰਚਦਾ ਸੀ? ਮਰਦਾਨਿਆਂ ਬੋਲੋ ਸਤ ਕਰਤਾ, ਅੱਖਾਂ ਖੋਲੋ ਅਤੇ ਮਹਾਰਾਜ ਉੱਥੇ ਪਹੁੰਚੇ ਹੁੰਦੇ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਲ ਨਹੀਂ ਲਾਇਆ ਅਤੇ ਉਹ ਜਦੋਂ ਸਤ ਕਰਤਾਰ ਕਹਿੰਦੇ ਸੀ ਅਤੇ ਦੂਜਾ ਸਤ ਕਰਤਾਰ ਉਹਦੇ ਬੂਹੇ ਅੱਗੇ ਆ, ਜਿਹਨੇ ਲੋਕਾਂ ਨੂੰ ਲੰਗਰ ਦਾ ਭੁਲੇਖਾ ਪਾ ਕੇ, ਸਰਾਂ ਦਾ ਭੁਲੇਖਾ ਪਾ ਕੇ ਅਤੇ ਲੋਕਾਂ ਨੂੰ ਲੁੱਟਦਾ ਸੀ ਅਤੇ ਕਤਲ ਕਰ ਦਿੰਦਾ ਸੀ। ਉਹਦਾ ਜਾ ਬੂਹਾ ਖੜਕਾਇਆ, ਉਹਨੇ ਕਿਹਾ ਓਏ ਕੋਈ ਹੋਰ ਆ ਗਿਆ ਹੀ, ਇਕੱਠੇ ਹੀ ਮਾਰ ਲਾਂਗੇ ਸਾਰਿਆਂ ਨੂੰ, ਲਿਆਓ ਬੂਹਾ ਖੋਲ੍ਹੋ। ਜਦੋਂ ਬੂਹਾ ਖੋਲ੍ਹਿਆ ਸਾਹਮਣੇ ਆਪ ਪਰਮੇਸ਼ਰ, ਆਪ ਨਾਰਾਇਣ, ਕਲਾ ਧਾਰ ਜਗ ਮਹਿ ਪਰਵਰਿਓ। ਬੂਹਾ ਖੋਲ੍ਹਿਆ, ਮਾਰੇ ਕਹਿੰਦੇ ਨੇ ਸਰਦਾਰ ਜੀ, ਉਹ ਅੰਦਰੋਂ ਨਿਕਲਿਆ ਜਿਹਦਾ ਨਾਂ ਸੀ ਸੱਜਣ ਠੱਗ, ਬੜੀ ਵੱਡੀ ਪੱਗ ਬੱਧੀ ਹੋਈ, ਬੜਾ ਚੋਲਾ ਧਰਮੀਆਂ ਵਾਲਾ ਪਾਇਆ। ਮਾਰੇ ਕਹਿੰਦੇ ਆ ਸਰਦਾਰ ਜੀ, ਸਾਡਾ ਬੰਦਾ ਨਹੀਂ ਆਇਆ ਇੱਥੇ? ਇੱਕ ਨਹੀਂ ਜੀ, ਇੱਥੇ ਤਾਂ ਕੋਈ ਨਹੀਂ ਆਇਆ। ਮਾਰੇ ਕਹਿੰਦੇ ਉਹ ਇੱਥੇ ਆਇਆ ਵਾ? ਨਹੀਂ ਜੀ, ਇੱਥੇ ਨਹੀਂ ਆਇਆ। ਫਿਰ ਜਿਹੜੀ ਕਲਾ, ਕਿਉਂਕਿ ਇਸ ਸਾਖੀ ਨੂੰ ਆਪ ਸਭ ਜਾਣਦੇ ਹੋ, ਗੁਰੂ ਨਾਨਕ ਸਾਹਿਬ ਜੀ ਨੇ ਕਲਾ ਵਰਤਾਈ ਅਤੇ ਫਿਰ ਉਹਨੂੰ ਮੰਨਣਾ ਪੈ ਗਿਆ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀਆਂ ਝਾਲਾਂ, ਗੁਰੂ ਅੱਗੇ ਕੌਣ ਖਲੋ ਸਕਦਾ ਸੀ ਬਹੁਤਾ ਚਿਰ। ਉਹ ਫਿਰ ਮੰਨ ਗਿਆ। ਮਾਰੇ ਕਹਿੰਦੇ ਉਹ ਜਿਹੜਾ ਕਮਰੇ 'ਚ ਕੱਪੜੇ ਉਹਦੇ ਲਾ ਕੇ ਉਹਨੂੰ ਰੱਸੇ ਨਾਲ ਬੰਨ੍ਹ ਕੇ ਅੰਦਰ ਦਿੱਤਾ ਹੋਇਆ ਸੀ, ਮਾਰੇ ਕਹਿੰਦੇ ਜੇ ਮੈਂ ਇੰਨੇ ਮੀਲ ਪੈਂਡਾ ਕਰਕੇ ਇੱਥੇ ਆ ਸਕਣਾ ਤਾਂ ਮੈਂ ਉਹਨੂੰ ਛਡਾ ਵੀ ਸਕਣਾ, ਆਪਣੇ ਆਪ ਖੋਲ੍ਹ। ਉਹਨੇ ਫਿਰ ਸ਼ਰਮ ਦੇ ਮਾਰੇ ਨੇ ਖੋਲ੍ਹਿਆ ਅਤੇ ਗਰੀਬ ਨਵਾਜ ਜੀ ਕਹਿੰਦੇ ਤੇਰਾ ਨਾਂ ਕੀ ਆ? ਹੌਲੀ ਜੀ ਕਹਿੰਦਾ ਜੀ ਮੇਰਾ ਨਾਂ ਸੱਜਣ, ਕਿਉਂਕਿ ਪੰਕਤੀ ਆ ਵੀ ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਉਸ ਠੱਗ ਦੇ ਮਨ ਵਿੱਚ ਹੁਣ ਕਿੱਦਾਂ ਮਹਾਰਾਜ ਪ੍ਰਕਾਸ਼ ਕਰਦੇ ਆ, ਅਤੇ ਪ੍ਰਕਾਸ਼ ਦਾ ਮਤਲਬ ਹੁੰਦਾ ਮਤ ਬਦਲ ਜਾਣੀ, ਉੱਤਮ ਮਤ ਆ ਜਾਣੀ, ਸਮਝ ਲਓ ਵੀ ਮਤ ਵਿੱਚ ਚਾਨਣ ਆ, ਅਤੇ ਖੋਟੀ ਮਤ ਹੋਣ ਦਾ ਮਤਲਬ ਵੀ ਇਹਦੀ ਮਤ ਵਿੱਚ ਹਨੇਰਾ ਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਜਣਾ, ਨਾ ਸੱਜਣ ਰੱਖਿਆ ਹੋਇਆ, ਕੰਮ ਤੇਰੇ ਸੱਜਣਾਂ ਵਾਲੇ ਨਹੀਂ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖਰੇ ਦਿਸਣ ਸੱਜਣ, ਅਤੇ ਉਹ ਮੇਰੇ ਸੱਜਣ ਅਤੇ ਉਹ ਨੇ ਜਿਹੜੇ ਸੰਗਤ ਕਰਦੇ ਆ, ਮੇਰੇ ਸੱਜਣ ਉਹ ਨੇ ਜਿਹੜੇ ਸ਼ਬਦ ਦੀ ਕਮਾਈ ਕਰਦੇ। ਜਦੋਂ ਦੁਨੀਆਂ ਤੋਂ ਜਾਣਗੇ ਨਾ, ਇਹਨਾਂ ਨੂੰ ਲੇਖੇ ਦਾ ਡਰ ਨਹੀਂ ਹੋਊਗਾ ਕੋਈ ਵੀ, ਇਹ ਧਰਮਰਾਜ ਦੀ ਪਰਵਾਹ ਨਹੀਂ ਕਰਨਗੇ, ਜਮਾਂ ਦੀ ਪਰਵਾਹ ਨਹੀਂ ਕਰਨਗੇ। ਤੂੰ ਕਾਹਦਾ ਸੱਜਣ ਆ? ਮਾਰੇ ਕਹਿੰਦੇ ਤੂੰ ਤਾਂ ਇੱਦਾਂ ਦਾ ਸੱਜਣ ਆ ਵੀ ਉੱਜਲ ਕਿਹਾ ਝਿਲਕਣਾ, ਘੁੱਟ ਮਕਾਲੜੀ ਮੱਸ ਧੋਤਿਆਂ ਜੂਠ ਨਾ ਉਤਰੇ, ਜੇ ਸੌ ਧੋਵਾਂ ਤਿਸ ਕਹੇ ਦੇ ਭਾਂਡਾ ਲਿਸ਼ਕਣਾ ਬੜਾ ਵਾ। ਪਰ ਮਾਰੇ ਕਹਿੰਦੇ ਜਰਾ ਕੋਨੂੰ ਮਾਂਝੋ, ਜਿੰਨਾ ਚਿਰ ਮਾਂਜਦੇ ਜਾਓਗੇ ਉਹਦੇ ਵਿੱਚੋਂ ਕਾਲਖ ਨਿਕਲਦੀ ਆਉਣੀ ਹੈ, ਤਾਂ ਉਹ ਟੱਪਾ ਤਾਂ ਤੇਰਾ ਬੜਾ ਵਾ। ਪਰ ਮਾਰੇ ਕਹਿੰਦੇ ਵਿੱਚ ਤਾਂ ਤੂੰ ਕਹੇ ਦੇ ਭਾਂਡੇ ਵਰਗਾ ਵਾ, ਸ਼ਬਦ ਦਾ ਸਮਾਂ ਲੱਗ ਜਾਏਗਾ ਜ਼ਿਆਦਾ। ਮਾਰੇ ਕਹਿੰਦੇ ਸੁਣ, ਲੋਕ ਤੇਰੀਆਂ ਸਿਫਤਾਂ ਕਰਦੇ, ਲੋਕ ਤੇਰੀਆਂ ਵਡਿਆਈਆਂ ਕਰਦੇ, ਪਰ ਇਹਨਾਂ ਵਡਿਆਈਆਂ ਨਾਲ ਪਤਾ ਕੀ ਹੋਏਗਾ? ਗਰੀਬ ਨਵਾਜ ਜੀ ਕਹਿੰਦੇ ਅੰਧਲੇ ਭਾਰ ਉਠਾਇਆ, ਡੂਗਰ ਵਾਟ ਬਹੁਤ, ਬੰਦਾ ਅੰਨਾ ਵਾ, ਸਿਰ 'ਤੇ ਭਾਰੀ ਪਾਂਡਿਆ, ਅਤੇ ਜਿੱਥੋਂ ਦੀ ਲੰਘਣਾ ਵਾ ਉਹ ਪਹਾੜੀ ਰਸਤਾ ਵਾ। ਪਹਾੜੀ ਰਸਤੇ ਅੱਜ ਵਰਗੇ ਨਹੀਂ ਵੀ ਪੱਕੀਆਂ ਸੜਕਾਂ ਬਣੀਆਂ, ਉਦੋਂ ਪੱਥਰਾਂ ਨੂੰ ਭੰਨ ਭੰਨ ਕੇ ਅਤੇ ਡੰਡੀਆਂ ਬਣਾਉਂਦੇ ਸੀ, ਥੱਲੇ ਵੀ ਤਿੱਖੇ ਪੱਥਰ ਬਜਰੀ ਵਾਲੇ, ਅਤੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਹੁੰਦੀ, ਉਹ ਬਹੁਤ ਔਖਾ ਹੁੰਦਾ ਸੀ ਪਹਾੜੀ ਰਸਤਾ, ਤਾਂ ਬਾਣੀ ਵਿੱਚ ਦਰਜ ਕੀਤਾ। ਅੱਜ ਵਰਗਾ ਹੁੰਦਾ ਤਾਂ ਕਦੀ ਵੀ ਨਾ ਉਦਾਹਰਨ ਦਿੰਦੇ ਉਹਦੀ। ਮਾਰੇ ਕਹਿੰਦੇ ਨੇ ਅੰਨੇ ਬੰਦੇ ਨੇ ਭਾਰ ਚੁੱਕ ਲਿਆ, ਰਾਹ ਦਿਖਦਾ ਨਹੀਂ, ਰਸਤਾ ਪਹਾੜੀ ਆ, ਇਹੋ ਜਿਹਾ ਬੰਦਾ ਆਪਣੀ ਮੰਜ਼ਿਲ 'ਤੇ ਕਦੀ ਵੀ ਨਹੀਂ ਪਹੁੰਚ ਸਕਦਾ। ਗਰੀਬ ਨਵਾਜ ਜੀ ਕਹਿੰਦੇ ਨੇ ਅੱਖੀਂ ਲੋੜੀ ਨਾ ਲਹਾਂ, ਹਉ ਚੜ ਲੰਘਾਂ ਕਿਤ, ਬੰਦੇ ਦੀਆਂ ਅੱਖਾਂ ਵੀ ਨਹੀਂ, ਦੱਸੋ ਆਪਣੀ ਮੰਜ਼ਿਲ 'ਤੇ ਕਿੱਦਾਂ ਪਹੁੰਚ ਸਕਦਾ? ਉਹ ਸੱਜਣ ਕਹਿੰਦਾ ਜੀ ਇਹ ਮੈਨੂੰ ਕੋਈ ਇੰਨੀਆਂ ਗੱਲਾਂ ਕਹਿੰਦੇ ਜੇ? ਮਾਰੇ ਕਹਿੰਦੇ ਤੈਨੂੰ ਤਾਂ ਕਹਿੰਦੇ ਆ ਵੀ ਚਾਕਰੀਆਂ ਚਤੁਰਾਈਆਂ ਅਵਰ ਸਿਆਣਪਾਂ ਕਿਤ। ਸੁਣ ਸੱਜਣਾ, ਆ ਲੋਕਾਂ ਦੀਆਂ ਖੁਸ਼ਾਮਦਾਂ, ਅਤੇ ਮਾਰੇ ਕਹਿੰਦੇ ਚਾਪਲੂਸੀਆਂ ਕਰਨੀਆਂ ਲੋਕਾਂ ਕੋਲੋਂ ਆਪਣੀਆਂ ਸਿਫਤਾਂ ਸੁਣਨੀਆਂ, ਅਤੇ ਵਿਖਾ ਵਿਖਾ ਕੇ ਧਰਮ ਦੇ ਕੰਮ ਕਰਨੇ। ਆਹ ਵਿਖਾਵੇ ਜਿੰਨੇ ਵੀ ਲੋਕ ਕਰਦੇ ਆ ਨਾ ਵੀ ਅਸੀਂ ਬੜੇ ਧਰਮੀ, ਇਹ ਵਿਖਾਵੇ ਕਰਦਿਆਂ ਕਰਦਿਆਂ ਬੰਦਾ ਕਦੀ ਵੀ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਜਿੱਦਾਂ ਅੰਨਾ ਬੰਦਾ ਸਿਰ 'ਤੇ ਪੰਡ ਚੁੱਕ ਕੇ ਅਤੇ ਰਸਤਾ ਪਹਾੜੀ ਆ, ਉਹ ਆਪਣੇ ਘਰ ਨਹੀਂ ਨਾ ਪਹੁੰਚ ਸਕਦਾ, ਪਤਾ ਹੀ ਨਹੀਂ ਕਿਹੜੇ ਪੱਥਰ ਤੋਂ ਤਿਲਕ ਕੇ ਅਤੇ ਉਹਨੇ ਪਹਾੜ ਤੋਂ ਡਿੱਗਣਾ ਅਤੇ ਉਹਦੀ ਮੌਤ ਹੋ ਜਾਣੀ।
जेड़ा बंदा धर्म दे काम वखा वखा के करदा, वखावे वाला बंदा कदी भी नहीं पहुंच सकता। ते फिर ओदे मत विच चानण हो गया कि वाकई मैं है कुछ होर वा, ते वखावा कुछ होर करदा फिरना। वो मारे नू कहिंदा जी मैं करा की, आखरी पंक्ति मारे कहिंदे ने भई नानक नाम संभाल तू, नानक नाम संभाल तू, नानक नाम संभाल तू, नानक नाम संभाल तू, वाहे गुरु 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 वाहे गुरु। मारे कहिंदे नानक नाम संभाल तू बद्दा छुट्टे जित, जेड़े गुनाहां दे बंधना विच तू बज गया ना, ये हुण विखा विखा के जे को धर्म का कम करेगा तो वह इदा खत्म हो जाएगा जिदा कणक बीजी दाने बीजे पैली वेच, जेड़े दाने ढेमां दे उत्ते रह गए ने लुके नहीं, उन्होंने कां चिड़िया खा गए, जेड़े मिट्टी वेच लुक गए उन्होंने अपना आप खत्म किया, तो विचो अंगूर उठिया। तो मारे कहिंदे बूटा बनया तो एक दाने दे अगों कई दाने बन गए। तो किह कोई विद्वान कहिंदा सी जे किसी की मदद कर लगे हो ना तो लुका के करो रजा के करो, एक तो जे किसी भी प्रशादा छकाउण ही लगे जे तो पूरा चंगी तरह छकाओ, तो पड़दे ना छकाओ, एवें वेख विखावा कर करके नहीं भी अगले का भी जलूस कढ़ दिओ ते नाल ही अपने पल्ले भी कख ना रवे, बिल्कुल विखा के कोई धर्म का कर्म ना करो। महाराज तो कहिंदे सी मथा भी इस ढंग ना टेको, लागे खलोते सिख नूं ना पता लगे भी तुसीं किन्ने पैसे गोलक विच पाए। वाहिगुरू जी बिल्कुल इस ढंग नाल चलो ते फिर की होएगा, नानक नाम संभाल तू बद्दा छुट्टे जित, जदों उहनूं अपना आपा देहिया महाराज दे चरण घुट के फड़ ले, कहिंदा महाराज जी मेरे ते काम ही अज तक विखावे वाले, मैं ते जो कीता बाहरों कुछ होर सी अंदरों कुछ होर सी, मैनू बख्श लो। जदों गुरु नानक दे चरणा ते पै के कहिंदा मैनू बख्श लो, महाराज कहिंदे ने ठीक आ। उस वेले अपने चरणा की पौल दित्ती, उहनूं अमृत महाराज ने इदां अपनी लप विच पा के जदों उहदे बुक विच पाया, आख्या सज्जणा बोल वाहिगुरू, जदों उहने वाहिगुरू कह के अपने मुख विच पाया ते उस अमृत ने सज्जण दी मत विच प्रकाश कर दिता। गुरपुरा भेटियो वडभागी मने भया परगासा, ते पता की होया महाराज उहनूं सवार के चले गए। मैं साखी बड़ी लंबी आ, मैं छोटी कर दित्ती। महाराज चले गए ने ओदी जिहदी मत विच चानण होया सवारिया होया बंदा, जिहदियां सरावां विच अगे कतल हुंदे बंदियां दियां चीकां आउंदियां सी, आवाजां आउंदियां सी भी मैनूं छड्ड दिओ, हुण उत्थे बंदे मारे नहीं जांदे, हुण उत्थे बंदे सवारे जांदे आ। उही बंदा सज्जण जिहनूं सज्जण ठग कहिंदे सी, मारे कहिंदे इहनूं अज तों बाद भाई सज्जण कहिणा है। ओह भाई सज्जण बण गिआ ते सज्जण दे घर विच सची मुची दे दो लंगर चल पए, एक पासे पंगत लग गई एक पासे संगत हो गई, ते ओहे सज्जण कहण लग पिया भई धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई, धन नानक तेरी वड्डी कमाई। महाराज इदां दी कमाई, नरक च जांदियां नूं महाराज तुसां बचा लैंदे हो, इक पल विच बचा लैंदे हो। इह कौण बचा सकदा, कोई धागे तवीत वाला नहीं जे बचा सकदा, कोई फूकां फाकां मारन वाले नहीं जे बचा सकदे, इह गुरू ही बचा सकदा जे जिहड़ा गुरू की सरण आवेगा दोवीं जहानी मुख उजला हो जाएगा। उहनूं फिर पता लग जाएगा भी कोई ना पहुंचण हारा दूजा, अपने साहिब का परवासा मालक ते फिर वो भरोसा करेगा, होर किसे पासे नहीं जाएगा। अपने सतगुर कै बलहारै, महाराज कहिंदे ने मैं ऐसे गुरु तो सदके जावां जेड़ा कच्चियां पिलियां गल्लां नहीं करदा, जेड़ा एवें लारे नहीं लाउंदा भी तेरा भी काम होजू तेरा भी काम होजूगा, नहीं नहीं, जे किसे नूं मुश्किल आउंदी आ ते गुरु कहिंदा वा भी जेड़े काम आए जे ओह काम शुरू करो मुश्किलां ठीक हो जाणगियां। किहड़े काम आए आ जी,
महाराज उसे वेले बाणी उच्चारण करके कहिंदे ने आयो सुनन पढ़न को बाणी। मारे कहिंदे ने बाणी नूं पढ़न वास्ते आए सी, बाणी सुनन वास्ते आए सी, बाणी भुल गई आ। जै तन बाणी विसर जाए ज्यों पक्का रोगी विरल लाए। बाणी भुल गई आ ते मारे कहिंदे ने रोग पै गए ने। बाणी शुरू करो सब चीज़ां उड जाणगियां। ऐसे गुरु तो बलहार जावां जिहड़ा कहिंदा आपण हथी आपणा आपे ही काज सवारी है। वो कहिंदा किहे दे पैरां च ना डिगो जा जा के, एवें अपनी बेइज्जती ना कराओ। वो एक गाउण वाला मुंडा वो चल गया सी, लोकां कख नहीं छड्या उहदे पल्ले। बिल्कुल ठीक आ, होना भी चाहिए, क्योंकि वह तो एक मस्टंडा बैठा होया कुर्सी दे उत्ते। वो इन्ने क पढ़े जे थोड़ा समय पहलों कथा करते करते एक छोटे जे बच्चे ने उन्होंने पूछ लिया भी गुरु जी आ सूरज सब तो पहलों कितने चढ़ता। तो सारी दुनिया का कहिंदा सी मैनू ज्ञान वा, तो उन्होंने ये नहीं पता लगा भी सूरज कितने चढ़ता। सूरज फलाने थां फलाने थां वो भलिया मानसा सूरज तो डुबदा ही नहीं। सूरज एक गल ते 500-600 साल पहलों मेरे बाबे ने कह दिता भी सूरज एको रुत अनेक नानक करते के केते वेस। महाराज ने आख्या इस धरतियां वर्गियां कई ब्रह्मंड दे विच धरतियां ने जिहड़ियां सारियां सूरज दियां परिक्रमा कर रही। सूरज ते चढ़िया वा ते चढ़िया ही रहिंदा, धरती घूमदी आ। जिहदा धरती का मूँह परले पासे हो जांदा उधर नेरा हो जांदा, जिहदा धरती का मूँह जिधरला हिस्सा सूरज वल हुंदा उधर चानण हो जांदा। ਉਦਾਂ ਕਹਿੰਦੇ ਸਾਰੀ ਦੁਨੀਆਂ ਦਾ ਗਿਆਨ ਹੈ ਅਤੇ ਪਤਾ ਇਹਨਾਂ ਨਹੀਂ ਲੱਗਾ ਵੀ ਸੂਰਜ ਕਿੱਥੋਂ ਚੜ੍ਹਦਾ। ਇਸ ਮੇਰੇ ਕਹਿਣ ਦਾ ਭਾਵ ਵੀ ਜੇ ਕੋਈ ਸਹੀ ਸਹੀ ਗਿਆਨ ਦੇ ਸਕਦਾ ਉਹ ਸ਼ਬਦ ਆ, ਬਾਕੀ ਨਹੀਂ ਜੇ ਦੇ ਸਕਦੇ। ਗੁਰਮੁਖ ਨਾਮ ਦੀ ਗੱਲ ਕਰਦੇ ਆ, ਬਾਕੀ ਲੋਕ ਭੁਲੇਖੇ 'ਚ ਪਾਉਂਦੇ ਆ। ਮਹਾਰੇ ਕਹਿੰਦੇ ਆਪਣੇ ਸਤਿਗੁਰ ਕੈ ਬਲਹਾਰੇ, ਸਦਕੇ ਜਾਵਾਂ ਐਸੇ ਗੁਰੂ ਤੋਂ ਜਿਹੜੀ ਸੱਚ ਦੀ ਬਾਤ ਸੁਣਾਉਂਦਾ ਹੈ ਜੀ। ਅੱਗੇ ਸੁੱਖ ਪਾਛੇ ਸੁਖ ਸਹਿਜਾ, ਭਾਈ ਸਦਕੇ ਜਾਈਏ ਗੁਰੂ ਤੋਂ ਜਿਹਨੇ ਹੁਣ ਵੀ ਜ਼ਿੰਦਗੀ ਵਿੱਚ ਸੁੱਖ ਬਣਾਇਆ, ਅਤੇ ਜਦੋਂ ਮਰ ਕੇ ਅਗਲੇ ਪਾਸੇ ਜਾਵਾਂਗੇ ਉੱਥੇ ਵੀ ਸਾਨੂੰ ਸੁੱਖ ਹੀ ਮਿਲਣਾ। ਉੱਥੇ ਸਾਡਾ ਲੇਖਾ ਨਹੀਂ ਕੋਈ ਪੁੱਛੇਗਾ, ਕਿਉਂਕਿ ਕੱਚੀਆਂ ਪਿੱਲੀਆਂ ਨਾ ਗੱਲਾਂ ਕੀਤੀਆਂ ਅਤੇ ਨਾ ਸੁਣੀਆਂ। ਅੰਮ੍ਰਿਤ ਸੁਣਿਆ ਅਤੇ ਅੰਮ੍ਰਿਤ ਛਕਿਆ ਅਤੇ ਉਹਨਾਂ ਨੂੰ ਅੱਗੇ ਵੀ ਜਾ ਕੇ ਅੰਮ੍ਰਿਤ ਹੀ ਮਿਲੇਗਾ ਜੀ। ਕਰੇ ਆਨੰਦ ਹਮਾਰਾ, ਅਤੇ ਜਦੋਂ ਮਰ ਕੇ ਜਾਵਾਂਗੇ ਸਾਡੇ ਘਰਦਿਆਂ ਨੂੰ ਫਿਕਰ ਨਹੀਂ ਹੋਊਗਾ ਵੀ ਇਹਦਾ ਕੀ ਬਣਿਆ, ਇਹ ਕਿਹੜੀ ਜੂਨੇ ਪੈ ਗਿਆ ਜਾਂ ਕੀ ਹੋ ਗਿਆ। ਮਾਰੇ ਕਹਿੰਦੇ ਜੇ ਪਤਾ ਕਰਨਾ ਹੋਵੇ ਨਾ ਵੀ ਮਰ ਗਿਆ ਸਾਡਾ ਜੀ, ਇਹ ਕਿੱਥੇ ਗਿਆ ਵਾ, ਕਿਹੜੀ ਜੂਨੇ ਪਿਆ ਹੋਊਗਾ। ਮਾਰੇ ਕਹਿੰਦੇ ਨੇ ਪਤਾ ਕਰਨਾ ਹੋਵੇ ਤਾਂ ਬਾਣੀ ਪੜ੍ਹਿਓ, ਵਿੱਚੋਂ ਪਤਾ ਲੱਗ ਜੂਗਾ ਵੀ ਤੁਹਾਡਾ ਮਰ ਗਿਆ ਬੰਦਾ ਕਿੱਥੇ ਕਿਹੜੀ ਜੂਨੇ ਪਿਆ ਜਾਂ ਕਿੱਥੇ ਗਿਆ। ਮਾਰੇ ਕਹਿੰਦੇ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਜ਼ਿੰਦਗੀ ਜਿਉਂਦਿਆਂ ਤੁਹਾਡੇ ਬੰਦੇ ਦਾ ਜਿੱਧਰ ਧਿਆਨ ਲੱਗਾ ਸੀ ਨਾ, ਉਹ ਬੰਦਾ ਉੱਧਰ ਨੂੰ ਹੀ ਗਿਆ ਜੇ। ਜਿਹਦਾ ਧਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਲੱਗਾ ਹੋਇਆ, ਮਹਾਰਾਜ ਕਹਿੰਦੇ ਨੇ ਉਹ ਮਰ ਕੇ ਅਤੇ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ ਵਾ, ਅਤੇ ਸਦਾ ਵਾਸਤੇ ਇੱਥੇ ਹੁਣ ਸ਼ਬਦ ਕੀਰਤਨ ਸੁਣੇਗਾ ਅਤੇ ਆਨੰਦ ਲਵੇਗਾ। ਜਿਹਦਾ ਧਿਆਨ ਹੀ ਭੂ ਜਗ੍ਹਾ ਵਾਲਿਆਂ ਵੱਲ ਵਾ ਅਤੇ ਹੋਰ ਪਰੇ ਉਰੇ ਆ, ਉਹ ਮਰ ਕੇ ਵੀ ਉੱਥੇ ਹੀ ਜਾਊਗਾ ਜਿਹੜਾ ਇੱਕ ਚਮਚਾ ਤੇਲ ਤੋਂ ਨਾਰਾਜ਼ ਹੋ ਜਾਂਦਾ ਵੀ ਅੱਜ ਦੀਵਾ ਨਹੀਂ ਜਗਾਇਆ ਅਤੇ ਸਾਰੇ ਟੱਬਰ ਨੂੰ ਘੁਮਾ ਘੁਮਾ ਕੇ ਕੰਧਾਂ ਨਾ ਮਾਰਨਾ ਉਹਨੇ। ਕਿਉਂਕਿ ਜਿੱਦਾਂ ਦਾ ਜਿਹਦੀ ਕੋਈ ਪੂਜਾ ਕਰੇਗਾ ਮਰ ਕੇ ਉਹਦੇ ਵਰਗਾ ਹੋ ਜਾਏਗਾ। ਬਾ ਉਹਨਾਂ ਦੀ ਪੂਜਾ ਕਰੇਗਾ ਅਤੇ ਉੱਥੇ ਚਲਿਆ ਜਾਵੇਗਾ, ਜਿਹੜਾ ਸ਼ਬਦ ਦੀ ਪੂਜਾ ਕਰੇਗਾ ਉਹ ਸ਼ਬਦ ਦਾ ਰੂਪ ਹੋ ਜਾਏਗਾ। ਸਾਹਿਬ ਗਰੀਬ ਨਵਾਜ਼ ਜੀ ਅੱਗੇ ਦੱਸ ਰਹੇ ਹਨ, ਰਹਾਉ ਅੰਤਰਜਾਮੀ ਕਰਨ ਹਰਾਇ, ਸੋਈ ਖਸਮ ਹਮਾਰਾਇ। ਹੁਣ ਗੁਰਮੁਖ ਨੂੰ ਇਹ ਭਰੋਸਾ ਹੈ ਕਿ ਅੰਤਰਜਾਮੀ ਮੇਰਾ ਮਾਲਕ ਅੰਤਰਜਾਮੀ ਆ, ਮੈਂ ਬੋਲ ਕੇ ਸੁਣਾਵਾਂ ਭਾਵੇਂ ਨਾ ਸੁਣਾਵਾਂ, ਉਹ ਦਿਲ ਦੀ ਵੇਦਨ ਨੂੰ ਜਾਣਦਾ ਹੈ ਅੰਦਰ ਦੀ ਗੱਲ। ਅਤੇ ਕਰਨੇ ਹਾਰਾ ਉਹ ਕਰਨ ਵਾਲਾ ਵਾ ਸਭ ਕੁਝ, ਉਹ ਸੁੱਖ ਦਏਗਾ ਅਤੇ ਸੁੱਖ ਮਿਲਣਾ ਨਹੀਂ, ਅਤੇ ਕਿਸੇ ਕੋਲੋਂ ਖੋਹ ਕੇ ਸੁੱਖ ਨਹੀਂ ਲਿਆ ਜਾਣਾ। ਧੱਕੇ ਮਾਰ ਨਾਲ ਦੁੱਖ ਨਹੀਂ ਲੱਥਣੇ, ਉਹ ਲਾਊਗਾ ਅਤੇ ਦੁੱਖ ਲੱਥੂ, ਕਿਉਂਕਿ ਦੁੱਖ ਅਤੇ ਸੁੱਖ ਉਹਦੇ ਭੇਜੇ ਹੋਏ ਆਉਂਦੇ ਆ। ਜਿਹਨੂੰ ਇਸ ਗੱਲ ਦਾ ਪਤਾ ਲੱਗ ਜੇ ਉਹ ਬੰਦਾ ਭਾਣੇ ਵਿੱਚ ਆ ਜਾਂਦਾ, ਰਜਾਵ ਵਿੱਚ ਆ ਜਾਂਦਾ। ਲੋਕ ਫਿਰ ਕਹਿੰਦਾ ਮੈਂ ਆਪਣਾ ਖਸਮ ਬਣਾਉਂਦਾ ਹੀ ਉਹਨੂੰ ਵਾ ਜਿਹੜਾ ਦੁੱਖ ਅਤੇ ਸੁੱਖ ਦਾ ਦਾਤਾ ਵਾ, ਮੈਂ ਹੋਰ ਹੋਰ ਖਸਮ ਬਣਾਵਾਂ ਜਿਨ੍ਹਾਂ ਦੇ ਹੱਥ ਵਿੱਚ ਹੀ ਕੁਝ ਨਹੀਂ, ਅਤੇ ਉਹ ਤਾਂ ਬਦਨਾਮੀ ਵਾਲੀ ਖੇਡ ਹੋ ਗਈ। ਫਿਰ ਮੈਂ ਤਾਂ ਖਸਮ ਗੁਰੂ ਅਰਜਨ ਦੇਵ ਜੀ ਨੂੰ ਬਣਾਊਂ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਖਸਮ ਬਣਾਊਂ ਜਿਹੜਾ ਦੁੱਖਾਂ ਨੂੰ ਦੂਰ ਕਰਕੇ ਅਤੇ ਸੁੱਖਾਂ ਦਾ ਦਾਤਾ ਹੈ ਜੀ। ਨਿਰਭਉ ਭਏ ਗੁਰੂ ਚਰਨੀ ਲਾਗੇ, ਇੱਦਾਂ ਦਾ ਬੰਦਾ ਫਿਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਅਤੇ ਨਿਰਭਉ ਹੋ ਜਾਂਦਾ। ਕੀ ਨਿਰਭਉ ਹੋ ਜਾਂਦਾ? ਮੈਂ ਕਈ ਬੱਸਾਂ ਟਰੱਕਾਂ ਵਾਲੇ ਵੇਖੇ ਆ,
सड़क ते किते जगह हरे रंग दा झंडा गड्डिया होवे ना वो आप भी मत्था टेकदे आ थोड़ी जी ब्रेक मार के ते गड्डियां दे भी हार्न वजाउणगे भी अहीं भी मत्था टेकता ते गड्डी नूं भी मत्था टका लिया जे इन्हां ने मत्था ना टेका ते साडा खरे अगले पासे पता नहीं की हो चलिया। लोकी डरदे आ इन्ना ज़्यादा डरदे आ भी मत्था टेकण तो बिना विचारे लंघ ही नहीं सकदे का पर मारे कहिंदे ने जिन्हों अपने गुरु ते भरोसा वा ना वह निरभउ हो जाता। वह कहिंदा इहो जे कई पीर फकीर मेरे बापू दे घर जोड़िया च बैठे हुए सत श्री अकाल। हुण सियालकोट की कथा शुरू हो चली सी मेरे को पर उत्थे जोर ना ब्रेक मारी है भी हुण टाइम है नहीं मिनट एक रह गया। पीर फकीर की ने वह हुणे निरना हो जाना सी पर फिर किते किसे दिन धन गरीबन वादी कहिंदे ने निरभउ भए गुर चरणी लागे गुरु वाला बन के वह बंदा निरभउ हो जाता है जी। एक राम नाम आधारा ओनू केवल एक परमेश्वर दे नाम दा ही आसरा रह जांदा बाकी आसरे छड़ दिंदा है। सफल दर्शन अकाल मूरत हां जी रब हैप्पी हवन हरा वो कहिंदा दर्शन करूंगा ते गुरु के जिदे दर्शन करन दे नाल फल मिलदा सेवा करूंगा ते गुरु की क्योंकि सा सेवा कीती सफल है जित सतगुर का मन मन्ने जां सतगुर का मन मन्या ता पापक संबल भन्ने सब कुछ बुरियां आदतां पाप लथ जाणगे। हुण नहीं मैं होर किसे दी सेवा करनी हुण तो मैं बुरसब जाके गुरु के घर दी सेवा करूंगा ये सेवा प्रवान है जी। कंठ लगाए अपने जन रखे क्योंकि मेरा मालक अपने अपने गल ना ला के रखदा जिन्हां बच्चियां नूं गल ना लाया होवे उन्हां नूं तती वाह नहीं लगन दिंदे मापे ये मेरे गुरु दा बिरद है। अपने प्रीत प्यारा अपनी प्रीत फिर आप कृपा करके दिंदा जाच दस दिंदा भी गुरु नाल प्यार ऐदां करना आ गुरु का बचन मनना आ काम करना नहीं करना आपे ही प्यार पा दिंदा है जी। वड़ी वड़ियाई अचरज सुभाए कारज आया रसे महाराज अंत नूं कहिंदे ने मेरे गुरु दी वड़ी वड़ियाई आ मेरा गुरु परमेश्वर स्वरूप आ वड़ी वड़ियाई अचरज सोभा मेरे सतगुर दी सोभा मेरे लालन की ऐसी सोभा वा जिहड़ी मूंह दे नाल बयान ही नहीं कीती जा सकदी और ओदे दर्शन करन दे नाल रोज गुरु के चरणा च मत्था टेक के गुरु की कथा सुन दे नाल की होया कारज आया रासे सारे कारज रास आ गए ने विगड़िया होया मन जिहड़ा सी ओह टिक गया है और जिहड़ा मन विच हनेरा सी मत प्रकाश भई मन मानिया हुण मन मन गया वा कोई गुरु तो बिना किसे दे अगे हथ नहीं जोड़ने गुरु तो बिना किसी के अगे हुण नीह हो के तरले नहीं करने भी मेरा आ कर दे मेरा आ कर दे ये काम रास हो गए सारे। नानक कहो गुरपुरा पिट्यो सगले दुख बिनासे सब कहिंदे ने जिन्हां नूं एदां दा पूरा गुरु मिल जाए उन्हां दे दुखां पापां दा नाश हो जांदा क्योंकि सुणै दुख पाप का नाश नानक भगतां सदा विगास सुणै दुख पाप का नाश ये है गुरु की कला। ते गुरु साहब कहिंदे आ हर बंदा समर्थ होवे अपने दुख लाउण दे आप की करे बंदा कि नितनेम करे गुरु का दर्शन करे संगत विच बैठ के कथा कीर्तन सुने ते फिर की होगा फिर परमेश्वर दिता बन्ना दुख रोग का डेरापन। सतगुर मेहर करन सब दी हाजरी प्रवान होवे फुलां दी खिमा फतेह बुलाओ जी वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत
अजूनी सहपंगुर प्रसाद एको अंकार सतनाम करता पुरख निरपौ निर्वैर अकाल मूरत अजूनी सहपंगुर प्रसाद एक ओंकार सतनाम करता पुरख निरपौ निर्वैर अकाल मूरत अजूनी सहपंगुर प्रसाद वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह सतनाम 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 जी वाहे गुरु वाहे गुरु वाहे गुरु जी जपो सतनाम 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 जी वाहे गुरु वाहे गुरु जी संत जना मिल हर जस गायो संत जना मिल हर जस गायो कोट जन्म के दुख गवायो कोट जन्म के दुख गवायो जो चाहत सोई मन पायो जो चाहत सोई मन पायो कर कृपा हर नाम दिवायो कर कृपा हर नाम दिवायो सर्व सुख हर नाम वडाई सर्व सुख हर नाम वडाई गुर प्रसाद नानक मत पाई गुर प्रसाद नानक मत पाई वाहिगुरु जी का खालसा वाहिगुरु जी की फतेह।